ਉਧਰ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਬਾਰੇ ਸੁਪਰੀਮ ਕੋਰਟ ਦੇ ਫੈਸਲੇ ਨੂੰ ਸਿਰ ਮੱਥੇ ਮੰਨਣ ਦਾ ਐਲਾਨ ਕੀਤਾ ਹੈ। ਖਹਿਰਾ ਮੁਤਾਬਿਕ ਕਾਨੂੰਨੀ ਨਿਰਣੇ ਦਾ ਸਨਮਾਨ ਕਰਨਾ ਬੰਦ ਹੈ। ਇਸ ਮੌਕੇ ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਤੇ ਸਿੱਧੂ ਨੂੰ ਫਸਾਉਣ ਦੀ ਹਰ ਸੰਭਵ ਕੋਸ਼ਿਸ਼ ਕਰਨ ਦੇ ਵੀ ਇਲਜ਼ਾਮ ਲਗਾਏ। ਮੈਂ ਸਮਝਦਾ ਹਾਂ ਇਹ ਸਿਰਫ ਕੋਰਟ ਦਾ ਫੈਸਲਾ ਵਾ ਜੀ, ਔਰ ਮੈਂ ਸਮਝਦਾ ਕਿ ਕਿਸੇ ਦੀ ਵੀ ਜਦੋਂ ਐਕਵਿਟਲ ਹੁੰਦੀ ਆ ਸੁਪਰੀਮ ਕੋਰਟ ਤੋਂ ਜੀ, ਤਾਂ ਇਹ ਸਵਾਗਤ ਵਾਲੀ ਗੱਲ ਹੈ, ਕਿਸੇ ਨੂੰ ਰਾਹਤ ਮਿਲੀ ਆ, ਕਾਨੂੰਨ ਨੇ ਰਾਹਤ ਦਿੱਤੀ ਆ। ਰਹਿ ਗਈ ਗੱਲ ਨਵਜੋਤ ਸਿੰਘ ਸਿੱਧੂ ਦੀ, ਅਮਰਿੰਦਰ ਸਿੰਘ ਨੇ ਕੋਈ ਕਸਰ ਨਹੀਂ ਛੱਡੀ ਇਹਨੂੰ ਠੋਕਣ ਦੀ। ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਵਿੱਚ ਹਲਫਨਾਮਾ ਦਿੱਤਾ ਸੀਗਾ ਕਿ ਪੰਜਾਬ ਸਰਕਾਰ ਦੀ ਨਿਗਾਹ ਦੇ ਵਿੱਚ ਇਹ ਦੋਸ਼ੀ ਆ। ਅਮਰਿੰਦਰ ਸਿੰਘ ਚਾਹੁੰਦੇ ਸੀ ਕਿ ਕਿਸੇ ਤਰੀਕੇ ਇਹਨਾਂ ਨੂੰ ਸਜ਼ਾ ਹੋ ਗਏ। ਇਹ ਤਾਂ ਨਵਜੋਤ ਸਿੰਘ ਸਿੱਧੂ ਦੇ ਸਿਤਾਰੇ ਚੰਗੇ ਨੇ, ਕਿਸਮਤ ਚੰਗੀ ਨੇ ਕਿ ਕਿਸੇ ਸੁਪਰੀਮ ਕੋਰਟ ਦੇ ਬਹੁਤ ਇੱਕ ਦਿਆਨਤਦਾਰ ਜਸਟਿਸ ਚਮਲੇਸ਼ਵਰ ਦੇ ਕੋਰਟ ਵਿੱਚ ਉਹਨਾਂ ਦੀ ਹੇਅਰਿੰਗ ਹੋ ਗਈ ਆ। ਉਹ ਨਾ ਕਿਸੇ ਦਾ ਪ੍ਰਭਾਵ 'ਚ ਆਵੇ ਅਤੇ ਨਾ ਕਿਸੇ ਗੱਲ ਵਿੱਚ ਆਵੇ, ਉਹਨੇ ਇਨਸਾਫ ਪਸੰਦੀ ਦੇ ਬਣਾ ਦੇ ਉੱਤੇ ਫੈਸਲਾ ਦਿੱਤਾ। ਇਸ ਲਈ ਇਸ ਫੈਸਲੇ ਦਾ, ਕੋਰਟ ਦੇ ਫੈਸਲੇ ਦਾ ਅਸੀਂ ਉਸਦਾ ਉਹ ਸਾਡੇ ਸਿਰ ਮੱਥੇ 'ਤੇ ਆ।